ਜ਼ਬਰਦਸਤ ਹੰਗਾਮਾ ਹੋਇਆ। ਬੀਡੀਪੀਓ ਦਫ਼ਤਰ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਜਾਣ ਤੋਂ ਰੋਕਿਆ ਗਿਆ। ਵਿਵਾਦ ਭਖਣ ਤੋਂ ਬਾਅਦ ਘੁਬਾਇਆ ਨੂੰ ਅੰਦਰ ਜਾਣ ਦਿੱਤਾ ਗਿਆ, ਹਾਲਾਂਕਿ ਹੰਗਾਮਾ ਵੀ ਕਿਹਾ ਗਿਆ। ਕਾਂਗਰਸ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਇਲਜ਼ਾਮ ਲਗਾਇਆ ਨਾਮਜ਼ਦਗੀਆਂ ਭਰਨ ਨਹੀਂ ਦਿੱਤੀਆਂ ਜਾ ਰਹੀਆਂ। ਤਾਂ ਸ਼ੇਰ ਸਿੰਘ ਘੁਬਾਇਆ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ, ਦਰਅਸਲ ਉਹਨਾਂ ਨੂੰ ਦਫ਼ਤਰ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਵਿਵਾਦ ਲਗਾਤਾਰ ਭਖਦਾ ਨਜ਼ਰ ਆਇਆ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਾਮਜ਼ਦਗੀਆਂ ਦਾਖਲ ਨਹੀਂ ਕਰਨ ਦਿੱਤੀਆਂ ਜਾ ਰਹੀਆਂ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਰੀਬੀਆਂ ਦੇ ਕਾਗਜ਼ ਹੀ ਭਰਵਾਏ ਜਾ ਰਹੇ ਨੇ। ਸ਼ੇਰ ਸਿੰਘ ਘੁਬਾਇਆ ਨੇ ਇਲਜ਼ਾਮ ਲਗਾਏ ਨੇ ਔਰ ਸਰਕਾਰ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਕਰ ਰਹੀ ਹੈ। ਤਾਂ ਜਲਾਲਾਬਾਦ ਦੇ ਵਿੱਚੋਂ ਇਹ ਤਸਵੀਰਾਂ ਕੁਝ ਸਾਹਮਣੇ ਆਈਆਂ। ਜਲਾਲਾਬਾਦ ਦੇ ਵਿੱਚ ਵੇਖਿਆ ਗਿਆ ਬੀਡੀਪੀਓ ਦਫ਼ਤਰ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਜਾਣ ਤੋਂ ਰੋਕਿਆ ਗਿਆ, ਹਾਲਾਂਕਿ ਹੰਗਾਮੇ ਤੋਂ ਬਾਅਦ ਉਹਨਾਂ ਨੂੰ ਜਾਣ ਵੀ ਦਿੱਤਾ ਗਿਆ। ਪਰਸੋਂ ਰਾਤ ਨੂੰ ਸਾਡੇ ਕੋਲ ਰਿਪੋਰਟਾਂ ਵੀ ਹੈਗੀਆਂ ਨੇ, ਇਹਨਾਂ ਸਾਡੇ ਬੰਦੇ ਨੂੰ ਫੋਨ ਕੀਤਾ ਐਮਐਲ ਸਾਹਿਬ ਕੋਲ ਮਿਲ ਕੇ ਆਇਆ, ਇਹਨਾਂ ਸਾਡੇ ਬੰਦੇ ਨੂੰ ਫੋਨ ਕੀਤਾ ਹੈ। ਕਹਿੰਦੇ ਐਮਐਲ ਸਾਹਿਬ ਕਹਿੰਦਾ ਵੀ ਤੁਸੀਂ ਕਾਟਕੜ ਚ ਕੁੱਤਾ ਵੀ ਠਾਲ ਦੋ ਨਾ ਤੇ ਮੈਂ ਕੁੱਤੇ ਨੂੰ ਵੀ ਹਰ ਪਾ ਦਿਆਂਗਾ, ਪਰ ਮੈਂ ਤੁਹਾਨੂੰ 14 ਤਰੀਕ ਨੂੰ। ਜਲਾਲਾਬਾਦ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਬੀਡੀਪੀਓ ਦਫ਼ਤਰ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਜਾਣ ਤੋਂ ਰੋਕਿਆ ਗਿਆ। ਵਿਵਾਦ ਭਖਣ ਤੋਂ ਬਾਅਦ ਘੁਬਾਇਆ ਨੂੰ ਅੰਦਰ ਜਾਣ ਦਿੱਤਾ ਗਿਆ, ਹਾਲਾਂਕਿ ਹੰਗਾਮਾ ਵੀ ਕਿਹਾ ਗਿਆ। ਕਾਂਗਰਸ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਇਲਜ਼ਾਮ ਲਗਾਇਆ ਨਾਮਜ਼ਦਗੀਆਂ ਭਰਨ ਨਹੀਂ ਦਿੱਤੀਆਂ ਜਾ ਰਹੀਆਂ। ਤਾਂ ਸ਼ੇਰ ਸਿੰਘ ਘੁਬਾਇਆ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ, ਦਰਅਸਲ ਉਹਨਾਂ ਨੂੰ ਦਫ਼ਤਰ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਵਿਵਾਦ ਲਗਾਤਾਰ ਭਖਦਾ ਨਜ਼ਰ ਆਇਆ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਾਮਜ਼ਦਗੀਆਂ ਦਾਖਲ ਨਹੀਂ ਕਰਨ ਦਿੱਤੀਆਂ ਜਾ ਰਹੀਆਂ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਰੀਬੀਆਂ ਦੇ ਕਾਗਜ਼ ਹੀ ਭਰਵਾਏ ਜਾ ਰਹੇ ਨੇ। ਸ਼ੇਰ ਸਿੰਘ ਘੁਬਾਇਆ ਨੇ ਇਲਜ਼ਾਮ ਲਗਾਏ ਨੇ ਔਰ ਸਰਕਾਰ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਕਰ ਰਹੀ ਹੈ। ਤਾਂ ਜਲਾਲਾਬਾਦ ਦੇ ਵਿੱਚੋਂ ਇਹ ਤਸਵੀਰਾਂ ਕੁਝ ਸਾਹਮਣੇ ਆਈਆਂ। ਜਲਾਲਾਬਾਦ ਦੇ ਵਿੱਚ ਵੇਖਿਆ ਗਿਆ ਬੀਡੀਪੀਓ ਦਫ਼ਤਰ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਜਾਣ ਤੋਂ ਰੋਕਿਆ ਗਿਆ, ਹਾਲਾਂਕਿ ਹੰਗਾਮੇ ਤੋਂ ਬਾਅਦ ਉਹਨਾਂ ਨੂੰ ਜਾਣ ਵੀ ਦਿੱਤਾ ਗਿਆ। ਪਰਸੋਂ ਰਾਤ ਨੂੰ ਸਾਡੇ ਕੋਲ ਰਿਪੋਰਟਾਂ ਵੀ ਹੈਗੀਆਂ ਨੇ, ਇਹਨਾਂ ਸਾਡੇ ਬੰਦੇ ਨੂੰ ਫੋਨ ਕੀਤਾ ਐਮਐਲ ਸਾਹਿਬ ਕੋਲ ਮਿਲ ਕੇ ਆਇਆ, ਇਹਨਾਂ ਸਾਡੇ ਬੰਦੇ ਨੂੰ ਫੋਨ ਕੀਤਾ ਹੈ। ਕਹਿੰਦੇ ਐਮਐਲ ਸਾਹਿਬ ਕਹਿੰਦਾ ਵੀ ਤੁਸੀਂ ਕਾਟਕੜ ਚ ਕੁੱਤਾ ਵੀ ਠਾਲ ਦੋ ਨਾ ਤੇ ਮੈਂ ਕੁੱਤੇ ਨੂੰ ਵੀ ਹਰ ਪਾ ਦਿਆਂਗਾ, ਪਰ ਮੈਂ ਤੁਹਾਨੂੰ 14 ਤਰੀਕ ਨੂੰ।